ਮੱਛਰ ਲਾਣੀ ਕੀ ਮੱਛਰ ਗਿਆ ਓਏ ਹੌਲੀ 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 ਉਹ ਤੇ ਫੋਨ ਫੜ ਕੇ ਬੈ ਉਹ ਕਹਿੰਦਾ ਜੀ ਕਿੱਦਾਂ ਬਣਾਣੀ ਤੂੰ ਵੀਡੀਓ ਹੁਲੀਆ ਵੇਖ ਆਪਣਾ ਕੱਛਾ ਪਾਇਆ ਈ ਕਾਲਾ ਤੇ ਹਾਂਜੀ ਮਿੱਤਰੋ ਕਿੱਦਾਂ ਠੀਕ ਜੇ ਸਾਰੇ ਜਾਣੇ ਤੇ ਅੱਜ ਦਾ ਵਲੋਗ ਤੁਹਾਡੇ ਸਾਹਮਣੇ ਮੈਂ ਸ਼ੇਅਰ ਕਰਨ ਜਾ ਰਿਹਾ ਵਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਮੈਂ ਫੈਮਿਲੀ ਵਲੋਗ ਹੀ ਬਣਾਉਂਦਾ ਹੁੰਦਾ ਹਮੇਸ਼ਾ ਠੀਕ ਹੈ ਅਤੇ ਅੱਜ ਦਾ ਵੀ ਆਪਣਾ ਫੈਮਿਲੀ ਵਲੋਗ ਹੀ ਆ ਵਾ ਸਾਡੇ ਘਰੇ ਰੌਣਕਾਂ ਲੱਗੀਆਂ ਵਾ ਮੇਰੇ ਨਿੱਕੇ ਨਿੱਕੇ ਭਰਾ ਆਏ ਹੋਏ ਆ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ ਠੀਕ ਹੈ ਬਾਕੀ ਵਲੋਗ ਨੂੰ ਲਾਸਟ ਤੱਕ ਵੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਹ ਵਲੋਗ ਤੋਂ ਬਾਅਦ ਕੁਝ ਕੁ ਦਿਨਾਂ ਤੱਕ ਘੈਂਟ ਜਿਹਾ ਇੱਕ ਵਲੋਗ ਆਊਗਾ ਇੱਕ ਨਹੀਂ ਮੇਰੇ ਸਾਡਾ ਦੋ ਤਿੰਨ ਵਲੋਗ ਮੈਂ ਪਾਵਾਂਗਾ ਠੀਕ ਹੈ ਸਾਰੇ ਜਣੇ ਵੇਖਿਓ ਬਾਕੀ 700-800 ਸਬਸਕ੍ਰਾਈਬਰ ਰਹਿ ਗਏ ਆ 2 ਲੱਖ ਸਬਸਕ੍ਰਾਈਬਰ ਕਰ ਦਿਉ ਫਿਰ ਸੋਚਦੇ ਕੋਈ 2 ਲੱਖ ਸਬਸਕ੍ਰਾਈਬਰ ਤਾਂ ਕੀ ਕਰਨਾ ਠੀਕ ਹੈ ਅਤੇ ਬਾਕੀ ਵਲੋਗ ਲਾਸਟ ਤੱਕ ਵੇਖਿਓ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰ ਦਿਓ ਕਰਦੇ ਵਲੋਗ ਸਟਾਰਟ ਤਾਂ ਵੇਖਦੇ ਰਹੋ ਅਤੇ ਮੰਮੀ ਵਿਚਾਰੇ ਸਫਾਈ ਕਰਦੇ ਪਏ ਆ ਪੂਰੀ ਰਸੋਈ ਦੀ ਅੱਜ ਗਰਮੀ ਬਹੁਤ ਜ਼ਿਆਦਾ ਹੈਗੀ ਆ ਉੱਧਰ ਤੁਹਾਡਾ ਫਰਿੱਜ ਖਰਾਬ ਹੋ ਗਿਆ ਨਹੀਂ ਹੁਣ ਸਿਸਟਮ ਨਹੀਂ ਕੋਈ ਬਣਾਉਂਦੇ ਇਹਦਾ ਖਾਣ ਪੀਣ ਦਾ ਕੀ ਮੋਲ ਚੱਲ ਲੈਣ ਦਾ ਇਹਨਾਂ ਖੋਤਿਆਂ ਨੇ ਖਾਣ ਪੀਣ ਦਾ ਸਮਾਨ ਇਹ ਮਾਮੇ ਦਾ ਮੁੰਡਾ ਇਹਦਾ ਤੁਹਾਨੂੰ ਪਤਾ ਉਹ ਵੀ ਮਾਮੇ ਦਾ ਮੁੰਡਾ ਇੱਧਰ ਆ ਇਹਦੇ ਇਹਨੂੰ ਪਛਾਣੋ ਇਹ ਮੇਰੇ ਕਾਫੀ ਪੁਰਾਣੇ ਵਲੋਗਾਂ 'ਚ ਹੈਗਾ ਸੀਗਾ ਵੈਸੇ ਆਹ ਵੇਖੋ ਅੱਗੇ ਵੇਖ ਕਿੱਦਾਂ ਆਇਆ ਜੀ ਇੱਧਰ ਆ ਉਹ ਕਿੱਦਾਂ ਤੂੰ ਵਲੋਗ 'ਚ ਬੋਲਦਾ ਹੁੰਦਾ ਸਤਿ ਸ਼੍ਰੀ ਅਕਾਲ ਕਿੱਦਾਂ ਬੋਲਦਾ ਹੁੰਦਾ ਅੱਜ ਤੋਂ ਨਾ ਕੁਝ ਕੁ ਚਿਰਾਂ ਪਹਿਲੇ ਨਾ ਇੱਕ ਵਲੋਗ ਬਣਾਇਆ ਸੀ ਰੈਸਪੀ ਵਾਲਾ ਉਹਦੇ 'ਚ ਇਹ ਬੋਲਦਾ ਸੀ ਸਤਿ ਸ਼੍ਰੀ ਅਕਾਲ ਉਹ ਵੇਖੋ ਕਿੱਦਾਂ ਬੋਲਦਾ ਹੁਣ ਕਿੱਦਾਂ ਬੋਲਦਾ ਫਿਰ ਬੋਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਵੇਖ ਲਓ ਤੇ ਕੀ ਲਿਆਂਦਾ ਫਿਰ ਖਾਣ ਨੂੰ ਭਟੂਰੇ ਭਟੂਰੇ ਲੈ ਆਉਂਦੇ ਆ ਇਹ ਦੋਵੇਂ ਭਾਈ ਭਾਈ ਹੈਗੇ ਆ ਅਤੇ ਹਰਸ਼ਿਤਾ ਨਹੀਂ ਆਈ ਹਰਸ਼ਿਤਾ ਇਹਦੀ ਸਿਸਟਰ ਹੈਗੀ ਆ ਇਹ ਟਵਿੰਸ ਹੈਗੇ ਆ ਅਤੇ ਇੱਕ ਆ ਇੱਕ ਹੈਗਾ ਅਤੇ ਆਹ ਮੋਲੀ ਕਿਸੇ ਨੂੰ ਸਭ ਜਾਣਦੇ ਆ ਹੁਣ ਇਹਨੂੰ ਵੀ ਜਾਣੋ ਸਾਰੇ ਜਾਣੇ ਠੀਕ ਆ ਬੋਲ ਕੁਛ ਸ਼ਰਮਾਈ ਨਾ ਹੁਣ ਤਾਂ ਰੌਲਾ ਪਾਇਆ ਸੀ ਪੂਰੇ ਘਰ ਦੇ ਵਿੱਚ ਇਹ ਆਪਣੇ ਨਿੱਕੇ ਨਿੱਕੇ ਭਰਾ ਹੈਗੇ ਇਹ ਸਖੇ ਸਖੇ ਹੈਗੇ ਇੱਕ ਹਿਸਾਬ ਨਾਲ ਮੀਨਸ ਕਿ ਸਖੇ ਮਾਮੂ ਦਾ ਮੁੰਡਾ ਸਖੀ ਮਾਸੀ ਦਾ ਮੁੰਡਾ ਇੱਦਾਂ ਸਿਸਟਮ ਹੈਗਾ ਵਾ ਕਿੱਦੇ ਬੋਲ ਕੁਛ ਏ ਸੀ ਉਸੀ ਲਾਓ ਗਰਮੀ ਪਾਈ ਹੋਈ ਕਮਰੇ 'ਚ ਪੂਰੀ ਲਿਆਂਦਾ ਕੀ ਖਾਣ ਨੂੰ ਹੁਣੇ ਐਕਟਿਵਾ ਖੜੀ ਸੀ ਭਟੂਰੇ ਭਟੂਰੇ ਲੈ ਕੇ ਆਉਂਦੇ ਨਾ ਦੋਵਾਂ ਨੇ ਆਹ ਵੇਖ ਲਓ ਇਹਨਾਂ ਦੇ ਸ਼ਕਲਾਂ ਵੇਖ ਲਓ ਚੰਗੀ ਤਰ੍ਹਾਂ ਵੇਖ ਲਓ ਇਹਨਾਂ ਦੀਆਂ ਇਹਦੀ ਵੇਖ ਇਹਦਾ ਸ਼ਕਲ ਖਾ ਆਪਣੀ ਆ ਇਹ ਇਹ ਬੜਾ ਲਾਡਲਾ ਹੈਗਾ ਮੇਰਾ ਤੂੰ ਮੇਰਾ ਲਾਡਲਾ ਵਾ ਖਾਈਏ ਭਟੂਰੇ ਫਿਰ ਹਾਂਜੀ ਮਿੱਤਰੋ ਅੱਜ ਮੈਂ ਕ੍ਰੈਸ਼ ਗੇਮ ਖੇਡਣ ਲੱਗਾ ਵਾਂ ਜਿਹਦੇ ਵਿੱਚ ਮੈਲਬੈਟ ਮੇਰੀ ਹੈਲਪ ਕਰੇਗਾ ਇਹ ਇਹਨਾਂ ਨੇ ਨਾ ਆਪਣੇ ਹਿਸਾਬ ਨਾਲ ਗੇਮ ਬਣਾਈ ਹੈ ਚਲੋ ਆਪਾਂ ਖੇਡ ਕੇ ਵਿਖਾਉਂਦੇ ਤੁਹਾਨੂੰ ਅਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ 1000 ਰੁਪਏ ਦੀ ਬੈਟ ਲਾਉਣੀ ਹੈ ਵੈਸੇ ਮੈਨੂੰ ਯਕੀਨ ਹੈਗਾ ਵਾ ਕਿ ਮੈਂ ਕਈ ਗੁਣਾ ਜਿੱਤ ਸਕਦਾ ਹਾਂ ਦੇਖੋ ਯਾਰ ਜਿੰਨਾ ਚਿਰ ਆਪਾਂ ਇਸ ਦੀ ਵੇਟ ਕਰਾਂਗੇ ਨਾ ਇਹਦੇ ਵਿੱਚ ਤਾਂ ਸਾਨੂੰ ਓਨਾ ਹੀ ਵਧੀਆ ਪ੍ਰੋਫਿਟ ਹੋਏਗਾ ਇਹਦੇ ਵਿੱਚ ਯਾਰ ਮੇਨ ਗੱਲ ਆਹੀ ਹੈਗੀ ਹੈ ਕਿ ਆਪਾਂ ਨੂੰ ਨਾ ਵੇਟ ਕਰਨੀ ਪੈਂਦੀ ਥੋੜ੍ਹੀ ਜਿਹੀ ਲਓ ਮਿੱਤਰੋ ਮੈਂ 4 ਗੁਣਾ ਰਕਮ ਜਿੱਤ ਗਿਆ ਵਾਂ ਬਾਕੀ ਜੇ ਤੁਸੀਂ ਵੀ ਆ ਗੇਮ ਖੇਡਣੀ ਚਾਹੁੰਦੇ ਹੋ ਨੀਚੇ ਡਿਸਕ੍ਰਿਪਸ਼ਨ ਦਾ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਕਲਿੱਕ ਕਰਕੇ ਗੇਮ ਖੇਡੋ ਅਤੇ ਜੇ ਤੁਸੀਂ ਮੇਰਾ ਦਿੱਤਾ ਹੋਇਆ ਪ੍ਰੋਮੋ ਕੋਡ ਯੂਜ਼ ਕਰੋਗੇ ਤਾਂ ਤੁਹਾਨੂੰ 20 ਰੁਪਏ ਬੋਨਸ ਮਿਲੇਗਾ ਹੈਂ ਇਹ ਫੇਵਰੇਟ ਹੈਗਾ ਬੱਚਾ ਅਤੇ ਹੁਣ ਆਪਾਂ ਖਾ ਵੀ ਲਈਏ ਚਲੋ ਮੰਮੀ ਪਾਓ ਫਿਰ ਮੈਂ ਭਟੂਰੇ ਖਾਣੇ ਨਹੀਂ ਹੈਗੇ ਜੀ ਹੁਣ ਖਾਣੇ ਪੈਣੇ ਕੀ ਕਰੀਏ ਰੋਟੀ ਵੀ ਨਹੀਂ ਲੱਭਣਾ ਖਾਓ ਹੁਣ ਤਾਂ ਸਮੱਸਿਆ ਹੀ ਬੜੀ ਹੈ ਇੱਕ ਫਰਿੱਜ ਦੀ
ਇੱਕ ਠੰਡੇ ਪਾਣੀ ਦੀ, ਇੱਕ ਰੋਟੀ ਪਾਣੀ, ਕੀ ਬਣਾਵਾਂ ਮੈਂ। ਚਲੋ ਕੋਈ ਨੀ, ਭਟੂਰੇ ਖਾਣੇ ਆ। ਮੈਂ ਲੈ ਲਿਆਉਣ ਲੱਗੀ ਅੰਦਰ, ਏਸੀ ਆਨ ਕਰੋ ਫਿਰ ਖਾਣੇ। ਏਸੀ ਕਰੋ ਓਏ, ਹੁਣ ਏਸੀ ਆਨ ਕਰੋ। ਟੀਵੀ ਨੀ ਲਾਇਆ ਗੇਮ ਦੇ, ਸਵੇਰ ਦੇ ਜਿੱਦਣ ਦੇ ਆਏ ਗੇਮ ਦੀ ਇਹਨਾਂ ਨੇ ਜੜ ਕੱਢੀ ਹੋਈ ਵਿਚਾਰੀ। ਹਲੇ ਲਾਣੀ ਰੋਜ਼ਾ ਰੋਟੀ ਖਾ ਲਈਏ, ਤੇਰੇ ਖਾ ਪੀ ਤਾਂ ਲਈਏ, ਫਿਰ ਲਾ ਲਿਓ ਗੇਮਾਂ ਜਿਹੜੀਆਂ ਲਾਣੀਆਂ। ਤੂੰ ਕਿੱਥੇ ਗਿਆ ਸੀ ਓਏ, ਹੈਂ ਕਿੱਥੇ? ਟ੍ਰੇਨ? ਓ ਧਿਆਨ ਨਾਲ, ਬਾਥਰੂਮ। ਅੱਛਾ, ਖਾਈਏ ਫਿਰ। ਚਲੋ ਯਾਰ ਅਸੀਂ ਖਾ ਪੀ ਲਈਏ। ਹੈਂ ਬ੍ਰਸ਼ ਨਹੀਂ ਕੀਤਾ? ਤੂੰ ਨੀ ਕੀਤਾ? ਕੀਤਾ ਵੈਸੇ, ਮੈਂ ਵੀ ਨੀ ਗਾ, ਕਰ ਲਈਏ ਬ੍ਰਸ਼ ਨਾ। ਚਲੋ ਯਾਰ ਅਸੀਂ ਰੋਟੀ ਰੋਟੀ ਭਟੂਰੇ ਖਾ ਲਈਏ, ਫਿਰ ਅੱਗੇ ਲੋਕ ਫੋਨ ਵੀ ਛੱਡ ਦੇ ਨਾ, ਪਲੇ ਸਟੇਸ਼ਨ ਬੰਦ ਤੇ ਫੋਨ ਫੜ ਕੇ ਬਹਿ। ਉਹ ਕਹਿੰਦਾ ਕਹਿੰਦਾ ਲੈ ਜੰਗਲੀ ਬ੍ਰਸ਼ ਕਰ। ਇਹ ਭਰਾ ਭਰਾ ਬੜਾ ਲੜਦੇ ਹੋਏ। ਹਿਰਦੇ ਕਿੱਥੇ ਚੱਲਾ ਵਾ? ਹੈਂ ਬ੍ਰਸ਼ ਕਰਨ ਚੱਲਾ ਵਾ? ਅੱਗੇ ਕੀਤਾ ਨੀ ਤੈਨੂੰ ਦੇਣਾ ਮੇਰੇ ਨਾਲ ਤੈਨੂੰ। ਚਲੋ ਯਾਰ ਆਪਾਂ ਖਾਣ ਪੀਣ ਲੱਗੇ। ਲੈ ਬੂਆ ਦੇ ਐਂ ਲੜਾ, ਇਹੀ ਤਾਂ ਸੁੰਦਰ ਆ ਨਾ। ਉਹ ਵੀ ਆਪਾਂ ਭਟੂਰੇ ਖਾ ਰਹੇ ਹਾਂ ਹੁਣ, ਠੀਕ ਹੈ ਸਾਰੇ ਜਾਣੇ। ਤੇ ਦਵਾਈ ਦੇਣੀ ਸੀ ਮੈਨੂੰ ਲੀਵਰ ਵਾਲੀ। ਦਵਾਈ ਖਵਾਈ ਸੀ ਤੁਸੀਂ? ਮੱਛੀਆਂ ਨੀ ਪਾਣੀ ਚ ਟੈਰ ਦੀਆਂ ਮੂੰਹ ਲਾਂਦੀਆਂ ਲਾਂਦੀਆਂ। ਚਲੋ ਯਾਰ ਆਪਾਂ ਸਾਰੇ ਖਾਣ ਦੇ ਆ, ਠੀਕ ਹੈ। ਛੋਲੇ ਖਾਣ ਦੇ ਆ, ਪਨੀਰ ਪਨੂਰ ਤਾਂ ਚੱਲ ਅਜੇ ਖਾਣੀ ਸੀਗਾ। ਪਨੀਰ ਦੀ ਬੜੀ ਯਾਦ ਆਉਂਦੀ ਤੁਹਾਨੂੰ ਸਾਰਿਆਂ ਨੂੰ ਹਨਾ। ਪਨੀਰ ਸ਼ਾਮੀ ਬਣਾ ਦਾਂਗੇ ਹਨਾ, ਇਹਨਾਂ ਦੀ ਇੱਛਾ ਪੂਰੀ ਕਰ ਦਾਂਗੇ ਜਿਹੜੇ ਪਨੀਰ ਨੂੰ ਜ਼ਿਆਦਾ ਰੋਂਦੇ ਆ ਸ਼ਾਮੀ ਬਣਾਉਣਾ। ਚਲੋ ਯਾਰ ਅਸੀਂ ਖਾ ਲਈਏ ਫਿਰ ਛੋਲੇ ਭਟੂਰੇ। ਇਹ ਤੂੰ ਕਿੱਡਾ ਪਿਆਰਾ ਵਾ ਹੈ, ਤੂੰ ਕੁਛ ਕਹਿਣ ਦਿਆ ਸੀ ਨਾ ਲੋਕਾਂ ਨੇ, ਕੀ ਕਹਿਣਾ ਤੈਨੂੰ? ਇੰਨਾ ਪਿਆਰਾ ਬੱਚਾ ਆ ਕਹਿੰਦਾ ਏ ਕੀ? ਇੰਨਾ ਪਿਆਰਾ ਬੱਚਾ ਕੌਣ? ਮੈਂ। ਅੱਛਾ, ਪਨੀਰ ਪਤਾ ਕਿਉਂ ਬਣਾਉਣਾ? ਹੋਰ ਸਬਜ਼ੀਆਂ ਖਾਂਦੇ ਨੀ, ਨਾ ਘੀਆ ਨਾ ਟਿੰਡੇ। ਲੋਕੀ ਪਨੀਰ ਪਨੀਰ ਕਰਦੇ ਰਹੇ, ਪਨੀਰ ਨੂੰ ਪਨੀਰ ਹੀ ਕਵਾਂਗੇ, ਹੋਰ ਕੀ ਕਵਾਂਗੇ? ਨਵਾਂ ਰੱਖ ਲੈਂਦੇ ਨਾ, ਇਹ ਨਹੀਂ ਦੀ ਗੱਲ ਹੈਗੀ ਤੇ। ਚਲੋ ਯਾਰ ਨਵਾਂ ਨਾਮ ਰੱਖ ਲੈਂਦੇ ਆ, ਉਹ ਨਵਾਂ ਤਾਂ ਸੁਣਿਆ ਪਹਿਲੀ ਵਾਰੀ ਮੈਂ ਜਾਣ। ਚਲੋ ਯਾਰ ਖਾ ਪੀ ਲਈਏ ਫਿਰ। ਖਾ ਫਿਰ, ਢਿੱਦ ਖਾ ਕਿੰਨਾ ਕੁ ਤੇਰਾ ਨਿੱਕਾ ਜਿਹਾ ਤੇਰਾ ਢਿੱਦ ਵਾ, ਢਿੱਦੜੀ। ਉਹ ਛੋਲੇ ਖਾਂਦੇ, ਛੋਲੇ ਖਾਣੀ ਗਏ।
ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਓਏ ਭਰਾ ਹੈਲੋ ਐਕਸਕਿਊਜ਼ ਮੀ ਕੀ ਬੇਟਾ ਚੁੱਪ ਕਰ ਨਹੀਂ ਬੋਲੀਦਾ ਹੁੰਦਾ ਬੇਟਾ ਇਹ ਗਲਤ ਬਾਤ ਹੁੰਦੀ ਹੈ ਠੀਕ ਹੈ ਯਾਰ ਦੇ ਹਾਂ ਕੋ ਸੋਰੀ ਬੱਚੇ ਨੂੰ ਕੀ ਪਤਾ ਹਨਾ ਅਸੀਂ ਵੀ ਬੱਚੇ ਨਿੱਕੇ ਨਿੱਕੇ ਹਨਾ ਮੈਂ ਆਪ ਨਿੱਕਾ ਆ ਬੱਚਾ ਇਹ ਵੀ ਬੱਚਾ ਹੈ ਦੁੱਧ ਦੇ ਤੁਲੇ ਦੁੱਧ ਤੂੰ ਪਿਆ ਮੈਂ ਵੀਰ ਸਾਫ ਸੁਥਰਾ ਆਹ ਕਿੱਦਾਂ ਉਹ ਬਣਾਉਂਦਾ ਪੁੱਲ ਨੀ ਹੁੰਦਾ ਟ੍ਰੇਨ ਥੱਲੇ ਨਹੀਂ ਸੋ ਫਿਰ ਭਾਂਡੇ ਰੱਖਿਆ ਇਰਦ ਰਹਿਣ ਤੇ ਡਿੱਗ ਜਾਣੇ ਛੋਲੇ ਕਿਤੇ ਭਟੂਰਾ ਕਿਤੇ ਭੁੱਜੇ ਰੋਡ ਪਾਣੀ ਇੱਥੇ ਨੀ ਰੋਣ ਕੀ ਤੂੰ ਤੇ ਐਂ ਉੱਠ ਕੇ ਜਿਵੇਂ ਤੇਰੇ ਉੱਤੇ ਰੋੜਨਾ ਉਹਨੇ ਪਾਣੀ ਸੱਚ ਮੈਨੂੰ ਦਵਾਈ ਖਵਾਓ ਭਰਾ ਨੂੰ ਆਪਣੇ ਨੂੰ ਇਰਦ ਬੇਟਾ ਦਵਾਈ ਖਵਾਓ ਭਰਾ ਨੂੰ ਉਹ ਵੇ ਪਈ ਸ਼ੀਸ਼ੀ ਚੱਲ ਚਮਚਾ ਹੀ ਸੁੱਟਤਾ ਜੀ ਆਹ ਲਫਾਫਾ ਫੜ ਇਹ ਚੋਂ ਕੱਢ ਪਤਲੀ ਗੋਲੀ ਕੀ ਕਰਨ ਲੱਗੇ ਜੀ ਓਏ ਕੀ ਡਬਲਯੂ ਡਬਲਯੂ ਈ ਓਏ ਧਿਆਨ ਨਾ ਨਿਆਣਾ ਹੀ ਧਿਆਨ ਨਾ ਹੀ ਧਿਆਨ ਨਾ ਜ਼ਿਆਦਾ ਨਾ ਕਰ ਮਾਮਾ ਓ ਨਹੀਂ 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 ਕੁਛ ਨਹੀਂ ਹੁੰਦਾ ਇਰਦੇ ਇਹ ਫਨ ਹੋ ਰਿਹਾ ਮੇਰਾ ਕੋਈ ਵੀਰ ਭਰਾ ਮਾੜੇ ਕਮੈਂਟ ਨਾ ਕਰਿਓ ਭਰਾਵਾਂ ਦੀ ਲੜਾਈ ਇਹ ਲੜਾਈ ਸਿਰਫ ਮਜ਼ਾਕ ਚ ਹੀ ਹੋਏਗੀ ਕਦੀ ਜ਼ਿੰਦਗੀ ਚ ਵੱਡੀ ਨਹੀਂ ਹੋਣੀ ਚਾਹੀਦੀ ਉਹਨੂੰ ਵੀ ਚਰਨ ਨੂੰ ਪੁੱਛ ਲਓ ਰੈਫਰੀ ਨੂੰ ਧਿਆਨ ਨਾਲ ਫੋਮ ਨਾ ਕੱਢਦੀ ਵਿੱਚੋਂ ਬਸ 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 ਉਹਦੇ ਮਾਰੀ ਜਾਣਾ ਉਹਦੇ ਮਾਰ ਮਾਮਾ ਹਿਰਦੇ ਮੈਂ ਕਰਾਂ ਐਂਟਰੀ ਫਿਰ ਆਪਣੀ ਮੈਂ ਆਵਾਂ ਫਿਰ ਵਿੱਚ ਹੁਣ ਉਹ ਨਹੀਂ ਤਾਂ ਮੈਂ ਦੱਸਦਾ ਹੀ ਹੈਂ ਨਹੀਂ ਬੜਾ ਰਹਿਣ ਦੇ ਓਏ ਹਿਰਦੇ ਇਹਨਾਂ ਨੂੰ ਕਹਿ ਹਿਰਦੇ ਹਿਰਦੇ ਮੇਰੀ ਗੱਲ ਸੁਣ ਇਹਨਾਂ ਨੂੰ ਕਹਿ ਗੱਲ ਸੁਣ ਗੱਲ ਸੁਣ ਇਹਨਾਂ ਨੂੰ ਕਹਿ 12 ਦਸ 15 ਸਾਲ ਰੋਜੋ ਬਸ ਦਿਨ ਸਾਲ ਮਾਮਾ ਕਹਿ ਸਾਲ ਤੱਕ ਮੈਂ ਹੋ ਜਾਣਾ ਵਧੀਆ ਕਹਿ ਮੈਂ ਜਿਮ ਜੁਆਇਨ ਕਰ ਦੇਣਾ ਵਾ ਦੋਲੇ ਵਿਖਾ ਦੇ ਸਾਰਿਆਂ ਨੂੰ ਆਪਣੇ ਇੱਕ ਮਿੰਟ ਰੋਜਾ ਹਿਰਦੇ ਕੀ ਮਾਰਿਆ ਉਹਨੇ ਹਿਰਦੇ ਹਿਰਦੇ ਤੈਨੂੰ ਹਿਰਦੇ ਡੋਲੇ ਵਿਖਾ ਦੇ ਆਪਣੇ ਸਾਰਿਆਂ ਨੂੰ ਪਹਿਲਾਂ ਹਿਰਦੇ ਤੈਨੂੰ ਕਿਹਦੀ ਗੁੜਤੀ ਆ ਕਿਹਦੀ ਇਹ ਕੀ ਹੁੰਦਾ ਕਿਹਦੀ ਕਿਹਦੀ ਮੇਰੀ ਮੇਰੇ ਵਾਂਗੂ ਚੀਕਦਾ ਹੀ ਵੇਖ ਲਓ ਮਿੱਤਰੋ ਮੁੰਡਾ ਤਿਆਰ ਕਰਨ ਦੇ ਆਪਾਂ ਬਸ ਬਸ ਕਰੋ ਭਰਾ ਬਸ ਕਰੋ ਦੋ ਭਰਾ ਇਕੱਠੇ ਹੋ ਗਏ ਨੱਪਤਾ ਵਿਚਾਰੇ ਨੇ
तीन भाइयों में युद्ध चल रहा है। चलो बस 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 हूँ बहो टेके। चलो उसे बहुत टेक नहीं बह 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 बया बया ओ मामा अगे फटा टुटा बैठता है की होया आगे लगे सिर ते सराने की फोन बहार आ गई है सारे चाटे बजन लग जाने बस बड़ा ओए ओए तोड़े ना कुछ भी। चलो ओके बस 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 ओके रिपोर्ट चल रे बेटा उ बस ओए हूँ मैं कैमरा बंद करके आवाग फिर इतने बह जा बस सह ले लो हूँ ये बेचारा हाथी झोली जाता है। वेखो गाइस कि प्यारा बच्चा है कि क्यूट जहा बंद मेरा भरा मेरे गया हिरदे तू हूँ हिरदे ने वा होना जो है ना हिरदे कह जो मैं वा हो गया ना फिर मैं जिम ज्वाइन कर लेना फिर ना दोवे तो तकड़ा हो जाएगा तू नहीं वे भरा वे भरा पारी कर वे भरावे कर पारी चल फिर गेम खेडा करते करते वे भरावान पारी ओ मामा इन्नी रोमांटिक पारी ना कर हौली हौली अगे जान दे सीधी ठां मूँह ते मार पारी हाँ इदा ठां मारी दी होंदी है ठां मारी दी होंदी है सप बन गया हिरदे हिरदे टम 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 है हिरदे चला चला हो गया ध्यान ध्यान बस नहीं नहीं ज्यादा नहीं करती मामा गुदगुदी ना बंदे दिक्कत होंगी है ओए नहीं मारने वाला काम इधर आ मेरा पुत मेरे को आ इधर मेरे आल मुंह ऐदा ठा मारी दी होंगी भी कर ये भी कर सखे भी कर अरे करा कुछ नहीं मामा पारी मिलती भी तेन शुक्र कर तेन मुंडे को मिलती भी चल रहे हैं देर दे पुत रोजा चलो ओ मामा चलो किथे रख सही कर दे फिर रुक जाओ पैसे बहे पहले पगाटा कर लिए किन्ने खेडनी चल खेडते हैं मैं लाना उ बह लाना तेन की सप लड़ गया वीडियो बना दी तेरी की है की है वेखगा जाके तेरी दिवाली हो दे दे पार्टी तू जेडी गाल का डंडेगा उठ गए चलो खेडिए बैयो पहले टेक के यस ना पियस लो भी हो गए ने शुरू गेम आ खेडन दे ने छत्तर फेरन दे ने एक दूजे नु बंदा केड़ा केड़ा किदा केड़ा केड़ा बंदा ग्राउंड अटैकर रोमांस ਸਾਲੇ ਭਰਾ ਨੇ ਕੁੱਟੀ ਜਾਂਦਾ ਰੋਮਨ ਇਸ ਸੈਥ ਰੋਲਸ ਨੂੰ ਇਹ ਤਾਂ ਸੱਜਣ ਹੈਗੇ ਪੁਰਾਣੇ ਸੱਜਣ ਹਿਰਦ ਬੇਟਾ ਤੂੰ ਕੋ ਇੱਥੇ ਬੈਠਾ ਵਾ ਤੈਨੂੰ ਨਹੀਂ ਕਢਾਈ ਗੇਮ ਇਹਨਾਂ ਨੇ ਖੇਡਣੀ ਆ ਖੋਈਏ ਰਿਮੋਟ ਨਾ ਤੂੰ ਓਏ ਵੀਰ ਵਾਰੀ ਵਾਰੀ ਖੇਡੋ ਗੇਮ
ਇੱਧਰ ਵਾਰੀ ਵਾਰੀ ਖੇਡਣੀ ਆ ਚੀਟਿੰਗ ਕਰਦੇ ਜੀ ਚੀਟਿੰਗ ਫਿਰ ਉਦਾਂ ਕਹਿੰਦੇ ਕਿ ਆਪਾਂ ਦੋਨਾਂ ਨੇ ਇੱਕ ਦੂਜੇ ਨੂੰ ਨਹੀਂ ਘੁੱਟਣਾ ਆਪਣੀ ਵਾਰੀ ਵਾਰੀ ਘੁੱਟ ਕੇ ਭੱਜ ਜਾਂਦੇ ਮੇਰੀ ਗੱਲ ਸੁਣੋ ਵਾਰੀ ਵਾਰੀ ਖੇਡਣੀ ਗੇਮ ਠੀਕ ਹੈ ਓਕੇ ਪੱਕਾ ਹਾਂ ਫਿਰ ਦੇ ਤੇਰੀ ਵਾਰੀ ਵੀ ਆਊਗੀ ਛੇਤੀ ਠੀਕ ਹੈ ਹਾਂ ਚਲੋ ਫਿਰ ਯਾਰ ਗੇਮ ਖੇਡ ਲੈਣ ਮੈਂ ਵੀ ਨਹਾਵਾਂ ਯਾਰ ਜਾ ਕੇ ਮੈਂ ਕੀ ਬਣਾਇਆ ਸਵੇਰ ਦਾ ਨਹਾਈਏ ਜਾ ਕੇ ਹੋਰ ਸ਼ੋਰ ਕੱਢੀਏ ਓਏ ਨਹਾਤਾ ਸਰ ਤੁਸੀਂ ਤੁਸੀਂ ਤਾਂ ਫਿਰ ਨਹਾਤੇ ਧੋਤੇ ਲੱਗਣ ਦੇ ਹੈ ਨਾ ਤੂੰ ਨਹਾਤਾ ਸਵਾਹ ਤੂੰ ਬਿਲਕੁਲ ਨਹੀਂ ਫਿਰ ਤਾਂ ਤੂੰ ਨਹਾਤਾ ਵਾ ਬਿਲਕੁਲ ਵੀ ਨਹੀਂ ਮੈਂ ਨਹਾਉਣ ਲੱਗਾ ਵਾ ਮੈਂ ਤਿਆਰ ਸ਼ਿਆਰ ਨਹੀਂ ਹੋਣਾ ਵੈਸੇ ਮਾੜਾ ਮੋਟਾ ਸੋਹਣੇ ਸੁਣਕੇ ਤਾਂ ਬਣ ਕੇ ਬਈਏ ਕੀ ਬਣਿਆ ਹੋਇਆ ਠੀਕ ਹੈ ਬਾਕੀ ਇੰਜੋਏ ਕਰੋ ਵਲੋਗ ਨੂੰ ਇੰਜੋਏ ਮੈਂ ਲਓ ਵੀ ਮਿੱਤਰੋ ਮੈਂ ਤਿਆਰ ਹੋ ਗਿਆ ਤੇ ਮੈਂ ਕਿਹਾ ਚਲੋ ਰੀਲ ਬਣਾਈਏ ਇੱਕ ਅੱਧੀ ਵੀਡੀਓ ਵੀਡੀਓ ਬਣਾਈਏ ਚੱਲੀਏ ਜਾਣਾ ਕੋਠੇ ਤੂੰ ਹੈ ਤੂੰ ਕਹਿੰਦਾ ਟੈਂਸ਼ਨ ਆ ਗਿਆ ਰਹਿਣ ਦੋ ਚੱਲ ਕੋਠੇ ਰਹਿ ਜੋ ਫਿਰ ਪਲੇ ਸਟੇਸ਼ਨ ਬੰਦ ਕਰ ਸਾਹ ਲੈ ਆਉਂਦਾ ਪਲੇ ਸਟੇਸ਼ਨ ਚਲੋ ਉੱਪਰ ਚੱਲੇ ਆਉਣਾ ਉੱਪਰ ਤੁਸੀਂ ਚੱਲਿਆ ਮੈਂ ਠੀਕ ਹੈ ਇੱਕ ਮਿੰਟ ਹਿਰ ਦੇ ਬੇਟਾ ਸ਼ਾਂਤੀ ਟਾਈਜ਼ਨ ਵਾ ਸ਼ੇਰ ਥੋੜੀ ਆ ਡੈਡੀ ਮੈਂ ਵੀਡੀਓ ਬਣਾ ਚਲਾ ਉੱਪਰ ਚਲ ਆ ਜਾਓ ਉੱਪਰ ਚੱਲਿਆ ਟਾਈਜ਼ਨ ਨੂੰ ਬੰਨ ਕੇ ਰੱਖੋ ਉਹ ਮਾਮਾ ਬੰਨ ਕੇ ਰੱਖਾਂਗੇ ਤੇ ਤੈਨੂੰ ਫੜਦਾ ਟਾਈਜ਼ਨ ਹਾਂ ਟਾਈਜ਼ਨ ਪੁੱਤ ਚਲੋ ਯਾਰ ਆਪਾਂ ਵੀਡੀਓ ਬਣਾਈਏ ਕਰਦੇ ਹਾਂ ਫਿਰ ਵਲੋਗ ਕਰਦੇ ਮੈਂ ਵੈਸੇ ਹਾਂ ਚੱਲ ਚਲੀਏ ਉੱਪਰ ਚਲੀਏ ਉਹ ਦੂਜਾ ਕਿੱਥੇ ਹੈ ਚੱਲ ਚਲੀਏ ਉੱਪਰ ਹੱਟੀ ਚਲੇ ਮੇਰੀ ਹੈ ਨਾ ਮੈਨੂੰ ਹੁਣ ਟਾਇਟ ਬੜੀ ਯਾਰ ਚਲੋ ਆਪਾਂ ਉੱਪਰ ਚੱਲੇ ਹਾਂ ਪ੍ਰਮੋਸ਼ਨਾਂ ਪ੍ਰਮੋਸ਼ਨਾਂ ਵੀਡੀਓ ਵੀਡੀਓ ਬਣਾਈਏ ਬਾਹੂਬਲੀ ਬਾਹੂਬਲੀ ਕੁਰਸੀ ਚੱਕੀ ਮਮਾ ਬੋਗ ਸਸਤਾ ਵਾਲਾ ਬਾਹੂਬਲੀ ਵੱਡਾ ਪਹਾੜ ਚੁੱਕ ਲੈਂਦਾ ਸਸਤਾ 10 ਰੁਪਏ ਬਾਹੂਬਲੀ ਰੱਖੋ ਇਸੇ ਯਾਰ ਕੱਛਾ ਪਾਇਆ ਕਾਲਾ ਨਿੱਕਰ ਹੈ ਕੀ ਹੈ ਨਿੱਕਰ ਆਪਾਂ ਮੈਚਿੰਗ ਕੀਤੀ ਦੋਵਾਂ ਨੇ ਆਪਾਂ ਮੈਚਿੰਗ ਕੀਤੀ ਅੱਜ ਬਣਾਉਣੀ ਫਿਰ ਤੂੰ ਵੀਡੀਓ ਭਾਈ ਉਹ ਫਿਰ ਮੇਰੀ ਬਣਾ ਦਿਓ ਸੂਰਜ ਨੂੰ ਪੁੱਛਣਾ ਸੂਰਜ ਭਗਵਾਨ ਨਹੀਂ ਹੈਗੀ ਇਹ ਕਲੈਰਿਟੀ ਸੂਰਜ ਭਗਵਾਨ ਪੁੱਛੋ ਬਣਾ ਲੈ ਬਾਂਜੂ ਕਲੈਰਿਟੀ ਹੈਗੀ ਆ ਫਿਰ ਜੋ ਸੂਰਜ ਭਗਵਾਨ ਜੀ ਥੱਲੇ ਚੱਲ ਜਾਣੇ ਫਿਰ ਔਖਾ ਹੀ ਕੰਮ ਬਣ ਜਾਣੀ ਹੈ ਉਹ ਬਹਿ ਗਏ ਗੇਮ ਖੇਡ ਖੇਡ ਕੇ ਥੱਕਿਆ ਹੀ ਹੈ ਉਹ ਡਿੱਗ ਨਾ ਜਾਈ ਕਿੰਨਾ ਐਡਾ ਹੁੰਦਾ ਸੀ ਚਲੋ ਅਸੀਂ ਕਿੱਥੇ ਰਹਿ ਗਏ ਕਿੱਥੇ ਰਹਿ ਗਏ ਚਲੋ ਨਹਾਤਾ ਵਾ ਨਵਾਇਆ ਡੈਡੀ ਇਹਨੂੰ
ਹੈ ਨਵਾਇਆ ਵਾ ਬੜਾ ਨਵਾਇਆ ਨੂੰ ਵੇਖੋ ਕਿੰਨਾ ਕਿਊਟ ਲੱਗਦਾ ਵਾ ਨਹਾਤਾ ਦਾ ਇੱਧਰ ਵੇ ਕਿੰਨਾ ਕਿਊਟ ਹੈ ਜਨ ਚੱਲਾ ਭਰਾਵਾਂ ਖੁੱਲ ਜਾ ਤੂੰ ਰਿਮੋਟ ਨਾ ਤੋੜੇ ਮਾਰ ਦੇਣਾ ਤੂੰ ਓਏ ਓਏ ਵੀਰ ਮੱਛਰ ਗਿਆ ਮੱਛਰ ਗਿਆ ਨਾ ਮੱਛਰ ਨਾ ਨੀ ਕੀ ਮੱਛਰ ਗਿਆ ਓਏ ਹੌਲੀ 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 ਓਏ ਓਏ ਤੂੰ ਨਾ ਗਈ ਉਹਦੇ ਤੂੰ ਨਾ ਗਈ ਇੱਕ ਘੰਟਾ ਹੋ ਗਿਆ ਖੇਲੀ ਜਾਂਦੇ ਮੈਂ ਮੂੰਹ ਵੇਖੀ ਜੰਨਾ ਨਾ ਇੱਕੋ ਛੱਡਦਾ ਹੁੰਦਾ ਤਾਂ ਪਤਾ ਏ ਲੜਨਾ ਨਹੀਂ ਮੈਂ ਵੀ ਇੱਕੋ ਹੀ ਛੱਡਦਾ ਹੁੰਦਾ ਆ ਪਤਾ ਮੈਨੂੰ ਓਏ ਲੜਨਾ ਨਹੀਂ ਗੇਣ ਓਏ ਓਏ ਬਸ ਓ ਲੈ ਦੱਸ ਓਕੇ ਰਿਪੋਰਟਾਂ ਚੱਲ ਕਿਹੜਾ ਵੱਡਾ ਵੀਡੀਓ ਬਣਾ ਦੇ ਨਾ ਤੇਰੀ ਵਾਰ ਕੇ ਯਾਰ ਨਹੀਂ ਲੜੀਦਾ ਹੁੰਦਾ ਏਦਾਂ ਲੜਦੇ ਕਿਉਂ ਹੁੰਦੇ ਦੋਵੇਂ ਮੈਂ ਕੁਛ ਕੀਤਾ ਨਹੀਂ ਹੈ ਰਹਿਣਾ ਵੀ ਸੀ ਇਕੱਠੇ ਖੇਡਣਾ ਵੀ ਸੀ ਇਕੱਠੇ ਲੜਨਾ ਵੀ ਸੀ ਇਕੱਠੇ ਮੈਂ ਕੁਛ ਕੀਤਾ ਤੂੰ ਇਹਦੇ ਬੜੇ ਭੋਲੇ ਹੈਗੇ ਨਾ ਬਸ 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 ਇਹ ਬਲੋ ਤੂੰ ਪਤਾ ਚੱਲਦਾ ਕਿੰਨੇ ਭੋਲੇ ਹੈਗੇ ਆ ਇੱਕ ਲਿਪ ਪੈਣੀ ਹੈ ਮਮਾ ਮਜ਼ਾਕ ਨਹੀਂ ਕਰਦਾ ਮੈਂ ਸੱਚੀ ਪਾਣੀ ਹੈ ਮੈਂ ਦੁੱਧ ਦਾ ਧੋਲਿਆ ਕੀ ਕੁਛ ਨਹੀਂ ਮੂੰਹ ਕਹੀਂ ਦੁੱਧ ਵਾਲੇ ਮੂੰਹ ਵਾਲਿਆ ਚੱਲ ਕੋਈ ਨਹੀਂ ਕੁਛ ਨਹੀਂ ਹੁੰਦਾ ਮਾੜੀ ਮਾੜੀ ਲੜਾਈ ਹੁੰਦੀ ਹੁੰਦੀ ਸਾਰੀ ਦੇ ਦੇ ਉਹਨੂੰ ਤੂੰ ਰਿਮੋਟ ਤੂੰ ਦੋ ਸਾਲ ਬਾਅਦ ਆਣੇ ਇਹਨਾਂ ਦੇ ਓਏ ਤੂੰ ਛੇੜਦਾ ਭਰਾ ਨੂੰ ਮੇਰੇ ਨੂੰ ਇੱਥੇ ਭਰਾਵਾਂ ਭਰਾਵਾਂ ਦੀ ਲੜਾਈ ਪੈਣੀ ਆ ਬਾਹਰ ਕਿੱਥੇ ਕੰਟਰੀ ਫੋਰਨ ਕੰਟਰੀ ਚੱਲ ਜਾਏਗਾ ਚੱਲ ਫੜਾ ਰਿਮੋਟ ਹੁੰਦੇ ਜੀ ਟੀ ਫਾਈਵ ਖੜਾ ਨੂੰ ਕਿੱਦਾਂ ਬੱਕਰੀਆਂ ਕੋ ਪਿਆ ਜੀ ਚੱਲ ਬਹਿ ਢੋ ਲਾ ਕੇ ਤੇ ਬਹਿ ਆਰਾਮ ਨਾ ਹੋਵੇ ਉਹਦਾ ਮੂੰਹ ਬਣਾ ਦਿੱਤਾ ਤੂੰ ਮਾਮਾ ਚੱਲ ਦੇ ਦੇ ਰਿਮੋਟ ਟਾਈਮ ਕਿੰਨਾ ਆ ਵਾ ਕਿੱਦਾਂ ਬੋਲਦਾ ਬਦਤਮੀਜ਼ ਮੋਟਰਸਾਈਕਲ ਬੱਚਾ ਤੂੰ ਕਿਹੜਾ ਸਕੂਲ ਦਾ ਟੀਚਰਸ ਇਹ ਬੱਚੇ ਦੇਖ ਲੋ ਕਿਆ ਕਰ ਰਹੇ ਆਪਕੇ ਸਕੂਲ ਵਾਲੇ ਵੋ ਮੋਟਰਸਾਈਕਲ ਹੈ ਵੋ ਡਿਪਸ ਕਾ ਹੈ ਡਿਪਸ ਕੇ ਟੀਚਰਸ ਮੁਝੇ ਜਾਣਤੇ ਹੈ ਵੈਸੇ ਜਾਣਦੇ ਟਿਪਸ ਟੀਚਰ ਨੂੰ ਸਾਰੇ ਜਾਣਦੇ ਆ ਆ ਵੇਖ ਲਓ ਮੈਮ ਜੀ ਤੁਹਾਡਾ ਸਟੂਡੈਂਟ ਤੁਹਾਡਾ ਆਪਣਾ ਸਟੂਡੈਂਟ ਵੇਖੋ ਕਿੱਡਾ ਮਾਸੂਮ ਹੈਗਾ ਤਾਂ ਫਿਰ ਕੀ ਬਣਾਇਆ ਨਹੀਂ ਭਾਈ ਮੈਂ ਦੱਸ ਕਿਹੜਾ ਦੱਸ ਮੈਂ ਇਸ ਤਰ੍ਹਾਂ ਮੈਂ ਸਾਰਿਆਂ ਵਾਸਤੇ ਚਾਂਪ ਲੈ ਕੇ ਆਉਂਦੀ ਸੀ ਖਾ ਲਈ ਹੈ ਸਵਾਦ ਸੀ ਵਾਜ ਕਢਾਓ ਹਿਰਦੇ ਚਾਂਪ ਸਵਾਦ ਸੀ ਵਧੀਆ ਸੀਗੀ ਨਾ ਮੈਂ ਥੱਲੇ ਉਹਨਾਂ ਵਾਸਤੇ ਵੀ ਲੈ ਆਉਂਦੀ ਸੀਗੀ ਪਰ ਮੈਂ ਆਪ ਨਹੀਂ ਖਾਧੀ ਮੈਂ ਅਵੋਇਡ ਕਰਦਾ ਮੈਂ ਤੁਹਾਨੂੰ ਪਤਾ ਮੈਂ ਇੱਕ ਇੱਕ ਪੀਸ ਨਾ ਮੈਂ ਇੱਕ ਇੱਕ ਪੀਸ ਨਾ ਸਾਰੀ ਘੋੜੀ ਚੋ ਪਲੇਟ ਜਿਹੋ ਖਾ ਲਿਆ ਪਰ ਮੈਂ ਇੰਨੀ ਨਹੀਂ ਖਾਧੀ ਮਤਲਬ ਇੱਕ ਇੱਕ ਪੀਸ ਸਾਰੀ ਪਲੇਟ ਚੋ ਮੈਂ ਕਿਹਾ ਚੱਲ ਮੈਂ ਘੋੜੀ ਘੋੜੀ ਖਾ ਲਵਾਂ ਹਾਂ ਯਾਰ ਨਨਕੋ ਕੀ ਇਹ ਮੋਡ ਕਦੋਂ ਦੇ ਜੀਟੀ 5 ਖੇਲਦੇ ਉਹ ਵੀਰ ਇੱਕ ਟਾਈਮ ਆ ਵੇਲਾ ਕਦੀ ਤੂੰ ਫੋਨ ਦੀਆਂ ਚੀਕਾਂ ਕਢਾਣਾ ਵਾ ਫਿਰ ਤੂੰ ਟੀਵੀ ਦੀਆਂ ਚੀਕਾਂ ਕਢਾਣਾ ਵਾ ਜਦੋਂ ਨਹੀਂ ਆਨ ਹੁੰਦਾ ਉਦੋਂ ਫੋਨ ਫੜ ਹੁਣ ਪਲੇ ਸਟੇਸ਼ਨ ਦੀਆਂ ਚੀਕਾਂ ਕਢਾਣਾ ਆ ਨਾ ਗਲਤ ਨਾ ਲਿਓ ਕੋਈ ਮਤਲਬ ਮੇਰੇ ਕਹਿਣ ਦਾ ਮਤਲਬ ਆ ਕਿ ਐਵੇਂ ਗਰਮ ਹੁੰਦਾ ਵਿਚਾਰਾ ਹੈ ਕੀ ਮਿੱਠਿਆ ਹੁਣ ਇੱਥੇ ਬੋਲ ਮੱਖਣਾ ਕੀ ਤੂੰ ਦੇ ਦੇ ਉਹਨੂੰ ਵੀ ਦੇ ਦੇ ਰਿਮੋਟ ਦੇ ਦੇ ਮੰਮਾ ਉਹਨੂੰ ਵੀ ਰਿਮੋਟ ਮੰਗਦਾ
ਕਦੋਂ ਦੇਗਾ ਉਹਨੂੰ ਦੱਸ ਤੂੰ ਦਿੰਨਾ ਕਿ ਨਹੀਂ ਤੂੰ ਉਹਨੂੰ ਦਿਆ ਕਰ ਉਹਨੂੰ ਰਿਮੋਟ ਦਿਆ ਕਰ ਉਹਨੂੰ ਰੋਜ਼ ਠੀਕ ਹੈ ਰਿਮੋਟ ਕਿਉਂ ਮੰਮਾ ਖੇਡਣਾ ਰਿਮੋਟ ਨਾਲ ਖੇਡਣਾ ਠੀਕ ਹੈ ਅਤੇ ਬਾਕੀ ਫਿਰ ਕਰਦੀ ਫਰੈਂਡ ਵਲੋਗਦਾ ਨਾ ਵਾਧੂ ਬਣ ਗਿਆ ਮੈਨੂੰ ਲੱਗਦਾ ਚਾਂਪਾਂ ਵਧੀਆ ਸੀ ਵਿਚਾਰਾ ਤਿੰਨ ਦਿਨਾਂ ਤੋਂ ਚਾਂਪ ਚਾਂਪ ਕਰਦਾ ਮੈਂ ਕਿਹਾ ਚੱਲ ਮੈਂ ਲਿਆਏ ਤੇ ਨਾ ਮੈਂ ਤਾਂ ਗਿਆ ਸੀ ਮਾੜਾ ਯਾਰ ਆਪਣੇ ਦੋਸਤਾਂ ਨਾਲ ਮੈਂ ਆਪਣੇ ਖਾਧੀ ਨਹੀਂ ਚਾਂਪ ਮੈਂ ਇੱਕ ਪੀਜ਼ਾ ਨੂੰ ਸਾਰੀਆਂ ਪਲੇਟਾਂ 'ਚ ਖੋਲਿਆ ਕਿ ਇੰਨੀ ਨਹੀਂ ਖਾਧੀ ਵੈਸੇ ਚਾਂਪ ਮਾੜੀ ਨਹੀਂ ਖਾਧੀ ਅਤੇ ਕਰਦੀ ਐਂਡ ਫਿਰ ਵਲੋਗ ਚਲੋ ਯਾਰ ਇੱਥੇ ਕਰਦੇ ਵਲੋਗ ਦਾ ਐਂਡ ਵਲੋਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ ਅਤੇ ਕਰ ਦਿਓ ਭਰਾ 200,000 ਪੂਰੇ ਸਬਸਕ੍ਰਾਈਬਰ ਸਬਸਕ੍ਰਾਈਬਰ ਹੋ ਚੱਲੇ ਆਪਣੇ 700-800 ਰਹਿ ਗਏ ਮੇਰੇ ਹਿਸਾਬ ਨਾਲ 700-800 ਸਬਸਕ੍ਰਾਈਬਰ ਰਹਿ ਗਏ 200,000 ਹੋ ਜਾਣਗੇ ਫਿਰ ਵੇਖਦੇ ਕੀ ਕਰਨਾ ਚੰਗਾ ਫਿਰ ਬਾਏ ਬਾਏ।